ਗੁਰੂ ਨਗਰੀ ਦੇ ਸ਼ਹਿਟਾ ਖੇਤਰ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਹੋਇਆ ਹੈ। ਸ਼ਹਿਟਾ ਵਿੱਚ 2 ਮਹੀਨੇ ਦੇ ਅੰਦਰ ਕਈ ਚੋਰੀਆਂ ਹੋ ਚੁੱਕੀਆਂ ਨੇ, ਪਰ ਪੁਲਿਸ ਵੱਲੋਂ ਇਹਨਾਂ ਚੋਰਾਂ ਤੇ ਨਕੇਲ ਪਾਉਣ ਲਈ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਚੋਰਾਂ ਵੱਲੋਂ ਮਚਾਏ ਗਏ ਆਤੰਕ ਨਾਲ ਸ਼ਹਿਟਾ ਦੇ ਲੋਕ ਸਹਿਮੇ ਹੋਏ ਹਨ। ਸ਼ਹਿਟਾ ਪੁਲਿਸ ਕੁੰਮ ਕਰਨ ਦੀ ਨੀਂਦ ਸੁੱਤੀ ਪਈ ਹੈ। ਅਜਿਹਾ ਇੱਕ ਮਾਮਲਾ ਗੁਰੂ ਨਾਨਕ ਐਵੀਨਿਊ ਗਲੀ ਨੰਬਰ 1 ਘੁਣਪੁਰ ਕਾਲੇ ਰੋਡ ਸਥਿਤ ਵੇਖਣ ਨੂੰ ਮਿਲਿਆ, ਜਿੱਥੇ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਘਰ ਚੋਂ 5 ਤੋਲੇ ਸੋਨਾ ਤੇ 30,000 ਰੁਪਏ ਨਕਦੀ ਦੀ ਚੋਰੀ ਕਰ ਲਿੱਤੀ। ਪੀੜਤ ਅਲਕਾ ਸ਼ਰਮਾ ਪਤੀ ਸਵਰਗੀ ਰੋਹਿਤ ਸ਼ਰਮਾ ਨੇ ਦੱਸਿਆ ਕਿ ਉਹ ਆਪਣੀ ਧੀ ਨੂੰ ਮਿਲਣ ਗਏ ਸੀ। ਜਦੋਂ ਉਹਨਾਂ ਘਰ ਆ ਕੇ ਵੇਖਿਆ ਤਾਂ ਸਾਰਾ ਸਮਾਨ ਖਿਲਰਿਆ ਹੋਇਆ ਸੀ। ਅਲਕਾ ਸ਼ਰਮਾ ਮੇਰਾ ਨਾਮ ਹੈ, ਮੈਂ ਸ਼ਹਿਟਾ ਗੁਰੂ ਨਾਨਕ ਐਵੀਨਿਊ ਘਨੂਪੁਰ ਕਾਲੇ ਤੋਂ ਰਹਿੰਦੀ ਹਾਂ। ਅਤੇ ਅਸੀਂ ਨਾ ਆਪਣੀ ਬੇਟੀ ਕੋਲ ਗਏ ਹੋਏ ਸੀਗੇ, ਅਤੇ ਉੱਥੋਂ ਆਏ ਅਸੀਂ ਸ਼ੁੱਕਰਵਾਰ ਸ਼ਾਮ ਨੂੰ ਗਏ ਹਾਂ ਅਤੇ ਅੱਜ ਉੱਥੋਂ ਸਵੇਰੇ ਆਏ ਹਾਂ। ਅਤੇ ਆਣ ਕੇ ਅਸੀਂ ਬਾਹਰ ਲੋਕ ਲੱਗਾ ਸੀਗਾ ਅਤੇ ਇਹ ਉਸ ਤੋਂ ਅੰਦਰ ਆ ਕੇ ਉੱਥੇ ਵੀ ਲੋਕ ਸੀਗਾ, ਅਤੇ ਮੈਂ ਆਪਣੇ ਕਮਰੇ ਦੇ ਵਿੱਚ ਵੜੀ ਹਾਂ ਅਤੇ ਇੱਧਰੋਂ ਵੀ ਲੁਮਾਰੀ ਲੁਮੋਰੀ ਸਾਰੀ ਮਤਲਬ ਖੁੱਲਰੀ ਪਈ ਸੀਗੀ। ਅਤੇ ਮੈਂ ਬੇਟੇ ਨੂੰ ਕਿਹਾ ਕਿ ਪਤਾ ਨਹੀਂ ਚੂਹਾ ਆ ਗਿਆ ਜਾਂ ਕਿਸ ਤਰ੍ਹਾਂ, ਕਹਿੰਦਾ ਨਹੀਂ ਬੇਟੀ ਮੰਮੀ ਉੱਧਰ ਡਰਾਇੰਗ ਰੂਮ 'ਚ ਵੀ ਅਤੇ ਕਮਰੇ ਦੇ ਵਿੱਚ ਵੀ ਸਾਰਾ ਖਿਲਰਿਆ ਪਿਆ ਜੀ, ਸਾਡੀ ਚੋਰੀ ਹੋ ਗਈ ਆ। ਕਿੰਨੇ ਦੀ ਚੋਰੀ? ਚੋਰੀ ਅਸੀਂ 30,000 ਰੁਪਇਆ ਕੈਸ਼ ਹੈਗਾ ਸੀ ਅਤੇ 5 ਕੁ ਤੋਲੇ ਸੋਨਾ ਹੈਗਾ ਸੀਗਾ, ਮਤਲਬ ਜਿਸ ਤਰ੍ਹਾਂ ਛੋਟੀਆਂ ਮੋਟੀਆਂ ਹੁੰਦੀਆਂ ਕੋਈ ਰੇਂਜ ਨਹੀਂ ਸਾਡੇ ਕੋਈ ਸੀ। ਹਾਂਜੀ, ਪੁਲਿਸ ਵਿੱਚ ਕਰਤੀ ਕੰਪਲੇਂਟ ਸਵੇਰੇ ਸੀਗਾ। ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਚੌਂਕੀ ਇੰਚਾਰਜ ਸਤਪਾਲ ਸਿੰਘ ਨੇ ਦੱਸਿਆ ਕਿ ਪਰਿਵਾਰ ਵੱਲੋਂ ਚੋਰੀ ਦੀ ਸ਼ਿਕਾਇਤ ਦਿੱਤੀ ਗਈ ਸੀ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਗਲੀ ਵਿੱਚ CCTV ਕੈਮਰੇ ਨਹੀਂ ਹਨ, ਨੇੜੇ ਦੇ ਕੈਮਰੇ ਖੰਗਾਲੇ ਜਾ ਰਹੇ ਹਨ ਤਾਂ ਜੋ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾ ਸਕੇ। ਇਹ ਸਾਰਥਕ ਨਾਂ ਦੇ ਲੜਕੇ ਨੇ ਸਾਨੂੰ ਫੋਨ ਕੀਤਾ ਸੀ ਵੀ ਅਸੀਂ 3 ਦਿਨ ਹੋ ਗਏ ਸੀ ਘਰ ਤੋਂ ਬਾਹਰ ਗਏ ਸੀ, ਉਹ ਤੇ ਉਹਦੀ ਮੰਮੀ ਦੋਨੋਂ ਇਸ ਘਰ ਵਿੱਚ ਰਹਿੰਦੇ ਨੇ। ਉਹਨਾਂ ਨੇ ਉਹਦਾ ਕਹਿਣਾ ਸੀ ਵੀ ਮੈਂ ਅੱਜ ਅਸੀਂ ਵਾਪਸ ਆਇਆ ਮੈਂ, ਅਤੇ ਮੇਨ ਗੇਟ ਦਾ ਜਿਹੜਾ ਤਾਲਾ ਖੋਲ੍ਹਿਆ ਅਤੇ ਅੰਦਰ ਘਰ ਦੇ ਵਿੱਚ ਇੰਟਰ ਕੀਤਾ ਅਤੇ ਅੰਦਰ ਜਿਹੜਾ ਕੋਈ ਖਿੜਕੀ ਦਾ ਸ਼ੀਸ਼ਾ ਤੋੜ ਕੇ ਅਤੇ ਕਿਸੇ ਨਾਮ ਨੂੰ ਵਿਅਕਤੀ ਨੇ ਅੰਦਰ ਜਿਹੜਾ ਕੁਲਮਾਰੀ ਵਗੈਰਾ ਦੀ ਲੋਕ ਤੋੜ ਕੇ ਚੋਰੀ ਕੀਤੀ ਹੈ। ਇਸ ਸੰਬੰਧੀ ਮੈਂ ਆਪਣੀ ਪੁਲਿਸ ਟੀਮ ਦੇ ਨਾਲ ਮੌਕਾ 'ਤੇ ਪੁੱਜਾ, ਮੌਕਾ 'ਤੇ ਜੋ ਵੀ ਇਹਦਾ ਆਸਾ ਪਾਸਾ ਵਗੈਰਾ ਚੈੱਕ ਕਰ ਰਹੇ ਹਾਂ। CCTV ਵਗੈਰਾ ਲਾਗੇ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਇੱਥੇ ਕਿਸੇ ਦੇ ਘਰ ਦੇ ਵਿੱਚ ਕੋਈ CCTV ਕੈਮਰਾ ਵਗੈਰਾ ਨਹੀਂ ਲੱਗਾ, ਜੋ ਬਣਦੀ ਉਹ ਕਾਰਵਾਈ ਕੀਤੀ। ਸਰ ਕੋਈ ਪਤਾ ਲੱਗਾ ਕਿੰਨੀ ਦੀ ਹੈ ਚੋਰੀ? ਇਸ ਚੋਰੀ ਬਾਰੇ ਅਜੇ ਨਾ ਸਾਨੂੰ ਕੁਛ ਨਹੀਂ ਲਿਖਾਇਆ, ਜੋ ਰਿਟਨ ਕੰਪਲੇਂਟ ਦੇਣਗੇ ਉਹਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਏਗੀ।